ਪਰ ਪ੍ਰਭੂ ਦਾ ਆਤਮਾ ਉਹਨਾਂ ਦੇ ਲਈ ਇੱਕ ਸੰਦੇਸ਼ ਦੇ ਰਿਹਾ ਹੈ। ਪ੍ਰਭੂ ਦਾ ਕਲਾਮ ਕਹਿੰਦਾ ਹੈ ਕਿ ਮੇਰਾ ਵਚਨ ਜੋ ਵਰਦਾਨ ਦੀ ਤਰ੍ਹਾਂ ਹੈ, ਜੋ ਚਟਾਨਾਂ ਨੂੰ ਜੋ ਪਹਾੜਾਂ ਨੂੰ ਚੂਰੋ ਚੂਰ ਕਰ ਦਿੰਦਾ ਹੈ। ਅੱਜ ਉਹ ਪ੍ਰਭੂ ਦਾ ਵਚਨ ਉਹਨਾਂ ਦੇ ਲਈ ਆ ਰਿਹਾ ਹੈ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਉਸ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਨੇ, ਬਹੁਤ ਸਾਰੀਆਂ ਪਰੇਸ਼ਾਨੀਆਂ ਨੇ, ਬਹੁਤ ਸਾਰੇ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਗਲਤ ਖਿਆਲ ਆਉਂਦੇ ਨੇ, ਵਿਚਾਰ ਆਉਂਦੇ ਨੇ, ਆਪਣੀ ਜ਼ਿੰਦਗੀ ਤੋਂ, ਆਪਣੇ ਘਰੇਲੂ ਜੀਵਨ ਤੋਂ ਬੜੇ ਪਰੇਸ਼ਾਨ ਨੇ। ਪ੍ਰਭੂ ਅੱਜ ਉਹਨਾਂ ਦੇ ਲਈ ਇੱਕ ਸੰਦੇਸ਼ ਦੇ ਰਿਹਾ ਹੈ, ਵਫ਼ਾਦਾਰ ਬਣ ਜਾਏ, ਵਫ਼ਾਦਾਰ ਹੋ ਜਾਓ। ਪ੍ਰਭੂ ਕਹਿੰਦਾ ਵਫ਼ਾਦਾਰ ਹੋ ਜਾਓ ਮੇਰੇ ਪ੍ਰਤੀ, ਮੈਂ ਤੁਹਾਡੇ ਘਰ ਦਿਆਂ ਹਾਲਾਤਾਂ ਨੂੰ ਬਦਲਣ ਵਾਲਾ ਹੈ, ਮੈਂ ਤੁਹਾਡੀ ਜ਼ਿੰਦਗੀ ਦੀ ਹਰੇਕ ਸਿਚੁਏਸ਼ਨ ਨੂੰ ਬਦਲਣ ਵਾਲਾ ਹੈ। ਪ੍ਰਭੂ ਕਹਿ ਜਾਏ, ਪ੍ਰਭੂ ਅੱਜ ਫੇਥਫੁਲ ਬਣ ਜਾਈਏ ਪ੍ਰਭੂ ਦੇ ਪ੍ਰਤੀ, ਪ੍ਰਭੂ ਦੇ ਪ੍ਰਤੀ ਵਿਸ਼ਵਾਸ ਯੋਗ ਬਣ ਜਾਈਏ। ਮੈਂ ਚਾਹੁੰਦਾ ਅਸੀਂ ਇੱਕ ਮਿੰਟ ਦੇ ਲਈ ਆਪਣੇ ਹੱਥਾਂ ਨੂੰ ਸਵਰਗ ਦੀ ਔਰ ਉਠਾ ਲਈਏ। ਅੱਜ ਪ੍ਰਭੂ ਤੁਹਾਡੇ ਨਾਲ ਗੱਲ ਕਰੇਗਾ, ਅੱਜ ਤੁਸੀਂ ਪ੍ਰਭੂ ਦੇ ਦਰਸ਼ਨਾਂ ਨੂੰ ਪਾਓਗੇ, ਪ੍ਰਭੂ ਦੇ ਦਰਸ਼ਨਾਂ ਨੂੰ ਪਾਓਗੇ ਤੁਸੀਂ। ਅੱਜ ਪ੍ਰਭੂ ਤੁਹਾਡੇ ਇੱਥੇ ਖਲੋਤਿਆਂ ਖਲੋਤਿਆਂ ਦੇ ਤੁਹਾਡੇ ਨਾਲ ਗੱਲ ਕਰੇਗਾ। ਤੁਸੀਂ ਸੋਚੋਗੇ ਅਸੀਂ ਤੇ ਸੁੱਤੇ ਵੀ ਨਹੀਂ ਹਾਂ, ਪਰ ਫਿਰ ਵੀ ਪ੍ਰਭੂ ਨੇ ਸਾਡੇ ਨਾਲ ਗੱਲ ਕੀਤੀ। ਆਪਣੇ ਹੱਥਾਂ ਨੂੰ ਜਿਹੜੇ ਪ੍ਰਭੂ ਦੀ ਆਵਾਜ਼ ਨੂੰ ਸੁਣਨਾ ਚਾਹੁੰਦੇ ਆਪਣੇ ਹੱਥਾਂ ਨੂੰ ਉਠਾ ਲਈਏ। ਪ੍ਰਭੂ ਅੱਜ ਤੁਹਾਡੇ ਉੱਤੇ ਆਪਣੇ ਉੱਚੀਆਂ ਭੇਤਾਂ ਨੂੰ ਪ੍ਰਗਟ ਕਰੇਗਾ। ਪ੍ਰਭੂ ਦੀ ਆਰਾਧਨਾ ਕਰੇ, ਪ੍ਰਭੂ ਦੀ ਆਰਾਧਨਾ ਕਰੇ।